ਦੇਖੋ ਜੀ ਅਸੀਂ ਤਾਂ ਪਹਿਲਾਂ ਤਾਂ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਸਾਰੇ ਹੀ ਕਰਮਚਾਰੀਆਂ ਵੱਲ ਧਿਆਨ ਮਾਰਦੇ ਹੋਏ ਸਾਰੇ ਹੀ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਰੈਗੂਲਰ ਪੇ ਸਕੇਲ ਦਿੱਤੇ ਜਾਣ ਅਗਰ ਸਰਕਾਰ ਨਹੀਂ ਮੰਦੀ ਤਾਂ ਉਹਦੇ ਵਾਸਤੇ ਅਸੀਂ ਸੋਮਵਾਰ ਤੋਂ ਕਾਲੇ ਬਿੱਲੇ ਲਾ ਕੇ ਕੰਮ ਕਰਾਂਗੇ ਜੇਕਰ ਫਿਰ ਵੀ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਹੈ ਉਹਨਾਂ ਦੇ ਧਿਆਨ ਵਿੱਚ ਨਹੀਂ ਆਉਂਦਾ ਤਾਂ ਅਸੀਂ ਗੰਭੀਰ ਸਟੈਪ ਜਿਹਦੇ ਵਿੱਚ ਅਸੀਂ ਕੰਮ ਬੰਦ ਕਰਨ ਦਾ ਸਟੈਪ ਵੀ ਲੈ ਸਕਦੇ ਹਾਂ ਸਮੂਹ ਕਰਮਚਾਰੀ 13400 ਕਰਮਚਾਰੀ ਜਿਹੜਾ ਸਾਡਾ ਕੰਮ ਠੱਪ ਕਰਨ ਵੀ ਸਕਦਾ ਹੈ ਅਸੀਂ ਦਿਨ ਰਾਤ ਐਨਆਰਐਚਐਮ ਵਾਲੇ ਮੁਲਾਜ਼ਮ ਦਿਨ ਰਾਤ ਕੰਮ ਕਰਦੇ ਆਂ ਪਰ ਸਰਕਾਰ ਸਾਡੀ ਇੱਕ ਵੀ ਨਹੀਂ ਸੁਣਦੀ ਅਸੀਂ ਜੇ ਡਿਲੀਵਰੀਆਂ ਕਰਦੇ ਆਂ ਐਚਆਈਵੀ ਪੋਜ਼ਿਟਿਵ ਐਚਆਈਵੀ ਸਾਰੇ ਅਸੀਂ ਹੀ ਪੇਸ਼ੈਂਟ ਦੇਖਦੇ ਆਂ ਇਹ ਦੇਖਿਆ ਜਾਵੇ ਸਰਕਾਰਵਨੀ ਵੀ ਜਦੋਂ ਦੇ ਐਨਆਰਐਚਐਮ ਵਾਲੇ ਮੁਲਾਜ਼ਮ ਆਏ ਆ ਕੀ ਸਰਕਾਰੀ ਹਸਪਤਾਲ ਚ ਮਰੀਜ਼ਾਂ ਦੀ ਗਿਣਤੀ ਵਧੀ ਆ ਜਾਂ ਘੱਡੀ ਆ ਠੀਕ ਹੈ ਫਿਰ ਇਹ ਦੇਖ ਕੇ ਸਾਡੀ ਤਨਖਾਹ ਵਧਾਓ ਠੀਕ ਹੈ ਐਸਾ ਹਸਪੀਟਲ ਚ ਕਦੇ ਸਿਰਫ 50 ਡਿਲੀਵਰੀਆਂ ਹੁੰਦੀਆਂ ਸੀ ਹੁਣ ਇੱਥੇ 300 350 ਡਿਲੀਵਰੀ ਹੁੰਦੀ ਹੈ ਉਹ ਕਿਸ ਕਾਰਨ ਹੋਈ ਐ ਐਨਆਰਐਚ ਦੇ ਮੁਲਾਜ਼ਮਾਂ ਦੀ ਮਿਹਨਤ ਕਰਕੇ ਹੀ ਹੋਈ ਐ ਠੀਕ ਹੈ ਸਰਕਾਰ ਆਈ ਵਾਰ ਸਾਨੂੰ ਇੱਕ ਮਿੱਠੀ ਗੋਲੀ ਜੀ ਦੇ ਦਿੰਦੀ ਐ 500 ਰੁਪਏ ਵਧਾ ਦਿੰਦੀ ਐ ਮੈਨੇ ਮੈਨੂੰ 12 ਸਾਲ ਹੋ ਗਏ ਇਸ ਮਹਿਕਮੇ ਵਿੱਚ ਕੰਮ ਕਰਦੀ ਨੂੰ ਸੋਚਦੇ ਆ ਵੀ ਹੁਣ ਵੀ ਸਰਕਾਰ ਤਨਖਾਹ ਵਧਾਊ ਹੁਣ ਵੀ ਵਧਾਊਗੀ ਪਰ ਨਹੀਂ ਕੁਝ ਵੀ ਨਹੀਂ ਕਰ ਰਹੀ ਠੀਕ ਹੈ ਤੇ ਇਸ 12 ਸਾਲਾਂ ਦੇ ਵਿੱਚ ਮੇਰੀ ਤਨਖਾਹ ਸਿਰਫ 18000 ਰੁਪਏ ਆ ਉਹਦੇ ਵਿੱਚੋਂ ਹੀ ਅਸੀਂ ਹਾਊਸ ਰੈਂਟ ਦੇਣਾ ਉਹਦੇ ਵਿੱਚੋਂ ਹੀ ਅਸੀਂ ਸਾਰਾ ਕੁਝ ਕੰਮ ਕਰਨਾ ਸ਼ੁਰੂ ਤੇ ਜਦੋਂ ਜਦ ਉਸ ਟਾਈਮ ਸਾਡੀ ਨਿਯੁਕਤੀ ਹੋਈ ਸੀ ਉਸ ਸਮੇਂ ਸਾਡੀ ਲਗਭਗ ਸਾਰੇ ਦੀ ਤਨਖਾਹ ਦੇ 1 ਇੱਕ 2 2000 ਦਾ ਫਰਕ ਸੀ ਲਗਭਗ ਇੱਕੋ ਜਿਹੀ ਤਨਖਾਹ ਸੀ ਜਾਨਕਿ ਲਗਭਗ ਸਾਰੇ ਕਰਮਚਾਰੀ 20 ਤੋਂ 25 ਹਜ਼ਾਰ ਸੈਲੀ ਦੇ ਵਿਚਕਾਰ ਤਨਾਤ ਹੋਏ ਸੀ ਅੱਜ ਤਰਾਸ਼ ਦੀ ਇਹ ਹੋਈ ਹੈ ਪਿਛਲੇ 10 ਸਾਲਾਂ ਦੇ ਵਿੱਚ ਸਾਡੇ ਚ ਇੰਨੀ ਜ਼ਿਆਦਾ ਪੇ ਡਿਸਪੈਰਟੀ ਆ ਗਈ ਵੀ ਸਾਡੇ ਕਈ ਮੁਲਾਜ਼ਮ ਜੋ ਸਾਡੇ ਬਰਾਬਰ ਦੇ ਕੈਡਰ ਦੇ 1 ਲੱਖ ਰੁਪਏ ਤੋਂ ਵੱਧ ਤਨਖਾਹ ਲੈ ਰਹੇ ਕੁਝ ਮੁਲਾਜ਼ਮ 70 ਤੋਂ 1 ਲੱਖ ਰੁਪਏ ਤਨਖਾਹ ਲੈ ਰਹੇ ਤੇ ਕਾਫੀ ਮੁਲਾਜ਼ਮ ਦੀ ਸੜਸੱਤ ਹੈ ਜਰ ਵੀ ਆਪਰ ਅਸੀਂ ਬੜੀ ਮੁਸ਼ਕਲ ਦੇ ਨਾਲ ਪਿਛਲੇ 10 ਸਾਲਾਂ ਦੇ ਵਿੱਚ ਮੇਰੀ ਤਨਖਾਹ ਸਿਰਫ 14000 ਦਾ ਵਾਦਾ ਸੀ ਹੁਣ ਮੈਨੂੰ ਟੋਟਲ 29000 ਰੁਪਏ ਸੈਲਰੀ ਜਿਹੜੀ ਪੇ ਪੈਰਟੀ ਹੈ ਇਹ ਸਾਰੀ ਸਿਵਲ ਸਰਵਲ ਨੂੰ ਤੋੜ ਕੇ ਕੀਤੀ ਗਈ ਹੈ ਸਰਕਾਰ ਨੂੰ ਮੰਗਦਾ ਅਚਾਨਤ ਚਾਹੀਦਾ ਹੈ ਸੀ ਵੀ ਸਭ ਤੋਂ ਪਹਿਲਾਂ ਉਹ ਨੀਚੇ ਵਾਲੇ ਗੇਡਰ ਜੋ ਡਾਇਰੈਕਟ ਕੰਟੈਕਟ ਦੇ ਵਿਚਾਰ ਹੈ ਬਹੁਤ ਹੀ ਨਗੂਨੀਆਂ ਤਰ੍ਹਾਂ ਦੇ ਕੰਮ ਰਿਹਾ ਹੈ ਕੰਮ ਕਰਿਆ ਉਹਨਾਂ ਦੀ ਉਹਨਾਂ ਕੋਈ ਸਵੱਲੀ ਨਜ਼ਰ ਮਾਰਨੀ ਚਾਹੀਦੀ ਹੈ ਅੱਜ 12-15000 ਰੁਪਏ ਵਿੱਚ ਇੱਕ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖ ਰਿਵਾਇਜ਼ ਕੀਤਾ ਜਾਵੇ ਰਿਵਾਜ ਕਰਕੇ ਸਾਰਿਆਂ ਨੂੰ ਆਪਣਾ ਆਪਣਾ ਬਣਦਾ ਹੱਕ ਦਿੱਤਾ ਜਾਵੇ ਪੰਜਾਬ ਸਰਕਾਰ ਨੇ ਜੀ ਜਿਹੜਾ ਕੁਝ ਕਰਮਚਾਰੀਆਂ ਦਾ ਵਾਅਦਾ ਕੀਤਾ ਹੈ ਜਿਹੜੇ ਕਿ ਦਾਅਵੇ ਪੰਜਾਬ ਸਰਕਾਰ ਵੱਡੇ ਵੱਡੇ ਕਰ ਰਹੀ ਹੈ ਵੀ ਅਸੀਂ ਐਨ ਐਚ ਐਮ ਕਰਮਚਾਰੀਆਂ ਦੀ ਬਹੁਤ ਜ਼ਿਆਦਾ ਤਨਖਾਹ ਵਧਾਤੀ ਜਦੋਂ ਕਿ ਹੋਇਆ ਕੀ ਹੈਗਾ ਜਿਹੜੇ ਇੱਕ ਐਨ ਐਚ ਐਮ ਦਾ ਸਿਰਫ ਆਈਡੀਐਸਪੀ ਬਿੰਗਾ ਹੈਗਾ ਜਿਹਦੇ ਵਿੱਚ ਸਿਰਫ 100 ਕਈ ਮੁਲਾਜ਼ਮ ਕੰਮ ਕਰਦਾ ਟੋਟਲ ਮੁਲਾਜ਼ਮ 13500 ਮੁਲਾਜ਼ਮ ਹੈਗਾ ਜਿਹਦੇ ਵਿੱਚੋਂ 100 ਮੁਲਾਜ਼ਮ ਤਨਖਾਹ ਵਧਾ ਕੇ ਸਰਕਾਰ ਵੱਡੇ ਵੱਡੇ ਦਾਅਵੇ ਕਰਨ ਲੱਗੀ ਹੈ ਵੀ ਅਸੀਂ ਬਹੁਤ ਬਹੁਤ ਤਨਖਾਹ ਵਧਾਤੀ ਹੈ ਐਨ ਐਚ ਐਮ ਕਰਮਚਾਰੀਆਂ ਦੀ ਜਦੋਂ ਕਿ ਸਰਕਾਰ ਨੂੰ ਉੱਚ ਅਧਿਕਾਰੀਆਂ ਨੂੰ ਇਹ ਵੀ ਪਤਾ ਹੈ ਨੀਚੇ ਤੋਂ ਲੈ ਕੇ ਆਸ਼ਾ ਵਰਕਰ ਤੋਂ ਲੈ ਕੇ ਐਨਐਮ ਤੋਂ ਲੈ ਕੇ ਸਟਾਫ ਨਰਸ ਕਲੈਰਿਕਲ ਸਟਾਫ ਦਿਨ ਰਾਤ ਕੰਮ ਕਰ ਰਿਹਾ ਹੈਗਾ। ਅਧਿਕਾਰੀਆਂ ਨੂੰ ਇਹ ਵੀ ਪਤਾ ਹੈ ਵੀ ਜਿਹੜਾ ਸਾਡਾ ਹੈੱਡ ਆਫਿਸ ਹੈ ਐਨਐਚਐਮ ਚੰਡੀਗੜ੍ਹ ਹੈੱਡ ਆਫਿਸ ਪੰਜਾਬ ਦਾ ਬਣਾਇਆ ਗਿਆ ਹੈਗਾ। ਉਹਨਾਂ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਇਹ ਸਭ ਗਲਤ ਹੈ। ਅਸੀਂ ਮੰਗ ਕਰਦੇ ਹਾਂ ਵੀ ਸਰਕਾਰ ਨੂੰ ਰਾਜਨੀਤੀ ਛੱਡ ਕੇ ਠੀਕ ਹੈ ਐਨਐਚਐਮ ਕਰਮਚਾਰੀਆਂ ਵੱਲ ਨਗੂਨਿਆਤਰ ਘਾਡੇੜੇ ਕੰਮ ਕਰਦੇ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ।